ਵੱਖਰੇ ਵੱਖਰੇ ਤਰ੍ਹਾਂ ਦੇ ਸਟੂਡੈਂਟਸ, ਵੱਖਰੇ ਵੱਖਰੇ ਤਰ੍ਹਾਂ ਦੀ ਐਪਲੀਕੇਸ਼ਨਸ ਔਰ ਪ੍ਰੋਫਾਈਲਸ ਆਉਂਦੀਆਂ। ਲਾਸਟ ਟਾਈਮ ਵੀ ਪੁਨੀਤ ਸਰ ਨਾਲ ਮੇਰੀ ਇਹੀ ਡਿਸਕਸ਼ਨ ਹੋ ਰਹੀ ਸੀ ਕਿ ਸਪਾਊਸ ਐਪਲੀਕੈਂਟ 6 ਜਾਂ 6.5 ਬੈਂਡ ਲੈਣ ਤੋਂ ਬਾਅਦ ਇਸ ਚੀਜ਼ ਦੇ ਵਿੱਚ ਕਨਫਿਊਜ਼ ਹੋ ਜਾਂਦੇ ਕਿ ਅਸੀਂ ਯੂਕੇ ਅਪਲਾਈ ਕਰੀਏ ਜਾਂ ਆਸਟ੍ਰੇਲੀਆ ਅਪਲਾਈ ਕਰੀਏ। ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਨੂੰ ਇਸ ਚੀਜ਼ ਦਾ ਜਵਾਬ ਦੇਣਾ ਚਾਹੂੰਗਾ। ਜੇ ਦੋਸਤੋ ਪਹਿਲਾਂ ਗੱਲ ਕਰਦੇ ਹਾਂ ਆਪਾਂ ਯੂਕੇ ਦੀ, ਜਿਹੜੇ ਸਟੂਡੈਂਟਸ ਯੂਕੇ ਅਪਲਾਈ ਕਰਨਾ ਚਾਹੁੰਦੇ ਆ, ਯੂਕੇ ਦੇ ਵਿੱਚ ਬੈਨੀਫਿਟਸ ਦੋ ਤਰ੍ਹਾਂ ਦੇ ਆਪਾਂ ਨੂੰ ਮਿਲਦੇ ਆ ਜੀ। ਫਸਟ ਆਫ ਆਲ ਜੇ ਗੱਲ ਕਰੀਏ ਫਾਈਨੈਂਸ਼ੀਅਲ ਦੀ, ਬਹੁਤ ਜ਼ਿਆਦਾ ਪੁਰਾਣੇ ਫੰਡਸ ਦਿਖਾਉਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਕੋਲ ਨਵੇਂ ਫੰਡਸ ਆ। ਯੂਕੇ ਯੂਨੀਵਰਸਿਟੀਜ਼ ਔਰ ਹਾਈ ਕਮਿਸ਼ਨ ਐਕਸੈਪਟ ਕਰਦੀ ਹੈ 28 ਦਿਨ ਪੁਰਾਣੇ ਫੰਡਸ ਨੂੰ, ਉਸ ਚੀਜ਼ ਦੇ ਉੱਤੇ ਆਪਾਂ ਯੂਕੇ ਐਪਲੀਕੇਸ਼ਨ ਕਰ ਸਕਦੇ ਹਾਂ। ਕੰਪੈਰੇਟਿਵਲੀ ਅਗਰ ਮੈਂ ਗੱਲ ਕਰਾਂ ਫੀ ਸਟਰਕਚਰ ਦੀ, ਤੇ ਯੂਕੇ ਦੀ ਯੂਨੀਵਰਸਿਟੀਜ਼ ਕਾਫੀ ਪਬਲਿਕ ਫੰਡਡ ਵੀ ਹੈ ਔਰ ਕਾਫੀ ਯੂਨੀਵਰਸਿਟੀਜ਼ ਇੱਦਾਂ ਦੀਆਂ ਜਿਹੜੀਆਂ ਬਹੁਤ ਘੱਟ ਖਰਚੇ ਦੇ ਸਟੂਡੈਂਟ ਨੂੰ ਪੜ੍ਹਾਉਂਦੀਆਂ। ਔਰ ਥਰਡ, ਇਹ ਚੀਜ਼ ਮੈਂ ਕਹੂੰਗਾ ਕਿ ਯੂਕੇ ਦੇ ਵਿੱਚ ਮਾਸਟਰਸ ਪੜ੍ਹਨ ਜਾਣਾ ਚਾਹੁੰਦੇ ਜਿਹੜੇ ਬੱਚੇ ਜਾਂ ਪੀਜੀ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਆ, ਸਾਲ ਜਾਂ 1.5 ਸਾਲ ਦੀ ਪੜ੍ਹਾਈ ਦੇ ਨਾਲ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾ ਕੇ ਆਪਣੀ ਪੜ੍ਹਾਈ ਨੂੰ ਪੂਰਾ ਕਰ ਸਕਦੇ ਆ। ਤੇ ਦੂਜੀ ਗੱਲ ਜੇ ਮੈਂ ਗੱਲ ਕਰਾਂਗਾ ਆਸਟ੍ਰੇਲੀਆ ਦੀ, ਆਸਟ੍ਰੇਲੀਆ ਦੇ ਵਿੱਚ ਬੈਨੀਫਿਟ ਇੱਕ ਚੀਜ਼ ਨੂੰ ਲੈ ਕੇ ਰਹਿ ਜਾਂਦਾ ਕਿ ਕਈ ਵਾਰ ਸਟੂਡੈਂਟ ਫਾਈਨੈਂਸ਼ੀਅਲੀ ਵੀਕ ਹੁੰਦਾ ਜਾਂ ਉਹ ਚੀਜ਼ ਨੂੰ ਸੋਚਦਾ ਕਿ ਮੇਰੇ ਕੋਲ ਹੁਣ ਲਾਣ ਲਈ ਪੈਸਾ ਹੈਗਾ, ਮੈਂ ਫੀਸਾਂ ਪੇ ਕਰ ਦੂੰਗਾ, ਮੇਰਾ ਵੀਜ਼ਾ ਗ੍ਰਾਂਟ ਹੋ ਗਿਆ, ਬਟ ਅੱਗੇ ਮੈਂ ਕੀ ਕਰੂੰਗਾ। ਇਸੇ ਚੀਜ਼ ਨੂੰ ਲੈ ਕੇ ਤੋਹਫ਼ਾ ਦਿੰਦੇ ਹੋਏ ਆਸਟ੍ਰੇਲੀਆ ਦੀ ਜੋ ਰੀਸੈਂਟ ਅਪਡੇਟਸ ਆਈ ਹੈ ਉਹਦੇ ਵਿੱਚ ਇਹੀ ਹੈ ਕਿ ਜਿੱਥੇ ਸਟੂਡੈਂਟ 20 ਘੰਟੇ ਕੰਮ ਕਰਦਾ ਸੀ, ਹੁਣ ਸਟੂਡੈਂਟ 40 ਘੰਟੇ ਕੰਮ ਕਰ ਸਕਦਾ। ਮਤਲਬ ਸਟੂਡੈਂਟ 20 ਫੁੱਲ ਟਾਈਮ ਕੰਮ ਕਰੂਗਾ, ਸਪਾਊਸ ਵੀ ਫੁੱਲ ਟਾਈਮ ਕੰਮ ਕਰੂਗਾ, ਉਸ ਚੀਜ਼ ਦਾ ਬੈਨੀਫਿਟ ਆਸਟ੍ਰੇਲੀਆ ਦੇ ਵਿੱਚ ਮਿਲ ਸਕਦਾ। ਦੋ ਮੇਜਰ ਜਿਹੜੇ ਕਾਰਨ ਇਹਦੇ ਵਿੱਚ ਮੈਂ ਦੇਖਦਾ ਕਿ ਕਈ ਸਟੂਡੈਂਟਸ ਬਾਹਰ ਜਾਣਾ ਚਾਹੁੰਦੇ ਪੈਸੇ ਕਮਾਉਣ, ਕਈ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਚੰਗੀ ਐਜੂਕੇਸ਼ਨ ਲਈ। ਦੋਨਾਂ ਕੰਟਰੀਆਂ ਨੂੰ ਅਗਰ ਦੇਖਿਆ ਜਾਵੇ ਵਰਲਡ ਵਾਈਡ ਚੰਗੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ, ਸਟੱਡੀਜ਼ ਤੋਂ ਬਾਅਦ ਵਰਕ ਪਰਮਿਟ ਦੇ ਆਪਸ਼ਨਸ ਹੈ, ਦੋਨੋਂ ਐਪਲੀਕੈਂਟ ਦੇ ਨਾਲ ਸਪਾਊਸ ਔਰ ਡਿਪੈਂਡੈਂਟ ਅਪਲਾਈ ਕਰ ਸਕਦੇ ਹੋ, ਪੀਆਰ ਦੇ ਚੰਗੇ ਆਪਸ਼ਨਸ ਆ। ਉਮੀਦ ਹੈ ਕਿ ਇਸ ਵੀਡੀਓ ਰਾਹੀਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਆ। ਫਰਦਰ ਜਾਣਕਾਰੀ ਲਈ ਕਾਲ ਕਰੋ 9100 ਕਾਰਡ 9100 ਸਟਾਰਟ। ਧੰਨਵਾਦ।